ਮੈਂ ਗੁਰਮੁਖ ਸਿੰਘ ਖਹਿਰਾ, ਮੇਰੇ ਬ੍ਰਦਰ ਵੱਡੇ ਵੀਰ ਨਾਲ ਬੂਟਾ ਸਿੰਘ ਮੱਲੀ, ਡਾਣਾ ਪੁਆਇੰਟ ਢਾਬੇ ਵਾਲੇ ਵੀ ਪੀ ਓ ਮੱਲੀਆਂ, ਡਿਸਟ੍ਰਿਕਟ ਅੰਮ੍ਰਿਤਸਰ, ਜੀ ਟੀ ਰੋਡ, ਜਲੰਧਰ। 15 ਅਗਸਤ ਦੀ ਔਰ ਰੱਖੜ ਪੁੰਨਿਆ ਦੀ ਸਾਰਿਆਂ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈ। ਪਰਮੇਸ਼ੁਰ ਕਿਰਪਾ ਕਰੇ, ਸੁੱਖ ਸ਼ਾਂਤੀ ਦਾ ਲੈ ਕੇ ਆਵੇ ਦਿਨ। ਅਤੇ ਸੰਦੇਸ਼ ਸਾਡੇ ਵੱਲੋਂ ਇਹ ਵੀਰ ਜੀ ਕਿ ਜਿੱਦਾਂ ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ, ਸਾਰੇ ਭੈਣ ਭਰਾ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇਹਦੇ ਬਾਰੇ ਵਿਚਾਰ ਕਰੀਏ ਕਿ ਸਾਰੇ ਆਪੋ ਆਪਣੇ ਜ਼ਮੀਨ ਜਾਇਦਾਦ ਜਿੱਥੇ ਬੰਬੀਆਂ 'ਤੇ ਮੋਟਰਾਂ 'ਤੇ ਜਿੱਥੇ ਵੀ ਜਗ੍ਹਾ ਉੱਥੇ 5-5, 10-10 ਪੌਦੇ ਲਗਾਉਣ ਦੀ ਕੋਸ਼ਿਸ਼ ਕਰੀਏ ਅਤੇ ਕਿ ਪਾਣੀ ਦਾ ਲੈਵਲ ਉੱਪਰ ਆਵੇ ਔਰ ਸਭ ਚੜ੍ਹਦੀ ਕਲਾ ਵਾਹਿਗੁਰੂ ਕਿਰਪਾ ਕਰਨ। ਮੈਂ ਸਰਪੰਚ ਪਿੰਡ ਖਲਹਿਰਾ ਹਰਜਿੰਦਰ ਸਿੰਘ, ਕੁਲਾਕ ਜੰਡਿਆਲਾ ਗੋਲੋ ਤੋਂ। ਮੈਂ ਇਹ ਮੈਸੇਜ ਦੇਣਾ ਚਾਹੁੰਦਾ ਜੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆਪਾਂ ਮਨਾਉਣ ਜਾ ਰਹੇ ਹਾਂ, ਉਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਰਲ ਮਿਲ ਕੇ ਰੋਕ ਲਗਾਈਏ ਔਰ ਜੋ ਆਪਣੇ ਪਾਣੀ ਦਾ ਲੈਵਲ, ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ, ਆਪਾਂ ਨੂੰ ਇਸ ਚੀਜ਼ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਰਲ ਮਿਲ ਕੇ, ਕਿਉਂਕਿ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ। ਜੇ ਆਪਾਂ ਪਾਣੀ ਦੀ ਸੰਭਾਲ ਨਹੀਂ ਕਰਾਂਗੇ, ਆਉਣ ਵਾਲੀਆਂ ਜਿਹੜੀਆਂ ਆਪਣੀਆਂ ਨਸਲਾਂ ਪੀੜ੍ਹੀਆਂ ਹਨ ਇਸ ਚੀਜ਼ ਤੋਂ ਵਾਂਝੀਆਂ ਰਹਿਣਗੀਆਂ, ਕਿਉਂਕਿ ਪਾਣੀ ਇੱਕ ਬਹੁਤ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਾਂ ਸਾਰੇ ਰਲ ਮਿਲ ਕੇ ਇਹ ਚੀਜ਼ ਦਾ ਨੁਕਸਾਨ ਨਾ ਕਰੀਏ। ਸਭ ਤੋਂ ਪਹਿਲਾਂ ਤਾਂ ਮੈਂ ਸੰਦੇਸ਼ ਦੇਣਾ ਚਾਹੁੰਦਾ ਜੋ 15 ਅਗਸਤ ਸਭ ਪੰਜਾਬੀਆਂ ਨੂੰ, ਹਿੰਦੁਸਤਾਨ ਨੂੰ ਇਸ ਲੱਖ ਲੱਖ ਵਧਾਈ ਹੋਵੇ। ਔਰ ਦੂਜਾ ਮੈਸੇਜ ਇਹ, ਜੋ ਰੱਖੜੀ ਦਾ ਤਿਉਹਾਰ ਪਵਿੱਤਰ ਤਿਉਹਾਰ ਮੰਨਿਆ ਗਿਆ ਹੈ, ਭੈਣ ਭਰਾਵਾਂ ਦਾ ਤਿਉਹਾਰ ਹੈ, ਇਹਦੇ ਵਿੱਚ ਭੈਣ ਭਰਾਵਾਂ ਦਾ ਪਿਆਰ ਸਦਾ ਲਈ ਬੱਝਾ ਰਹਿੰਦਾ ਹੈ। ਉਸ ਤਿਉਹਾਰ ਨੂੰ ਬਾਬਗਾੜਾ ਸਾਹਿਬ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਔਰ ਤੀਜਾ ਮੈਸੇਜ ਇਹ ਸਾਰੇ ਇਨਸਾਨੀਅਤ ਨੂੰ ਕਿ ਆਪਣੀ ਜੋ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਹੈ, ਬਹੁਤ ਗੰਦਲਾ ਹੋ ਰਿਹਾ ਹੈ, ਆਪਾਂ ਰਲ ਮਿਲ ਕੇ ਰੁੱਖ ਲਗਾਈਏ, ਇਸ ਦੇ ਨਾਲ ਵਾਤਾਵਰਨ ਸਾਫ਼ ਸੁਥਰਾ ਰਹੂਗਾ। ਔਰ ਜੋ ਆਪਣੇ ਗੰਦਗੀ ਹੈ, ਵਾਤਾਵਰਨ ਬਹੁਤ ਖਰਾਬ ਹੈ, ਇਸ ਨੂੰ ਆਪਾਂ ਵੱਧ ਚੜ੍ਹ ਕੇ ਅੱਗੇ ਤੋਂ ਸਾਫ਼ ਸੁਥਰਾ ਬਣਾਈਏ। ਮੈਂ ਸੁਰਜੀਤ ਸਿੰਘ ਕੰਗ, ਪ੍ਰਧਾਨ ਰਾਇਸ ਮਿਲਰ ਜੰਡਿਆਲਾ ਗੁਰੂ, ਰਾਇਸ ਮਿਲਰ ਐਸੋਸੀਏਸ਼ਨ ਵੱਲੋਂ, ਆੜ੍ਹਤੀ ਐਸੋਸੀਏਸ਼ਨ ਵੱਲੋਂ ਅਤੇ ਆਪਣੇ ਬੋਦੇਵਾਲ ਪਰਿਵਾਰ ਵੱਲੋਂ 15 ਅਗਸਤ ਦੀ ਅਤੇ ਇਸ ਰੱਖੜੀ ਦੇ ਤਿਉਹਾਰ 'ਤੇ ਆਪਣੇ ਦੇਸ਼ ਵਾਸੀਆਂ, ਪੰਜਾਬ ਵਾਸੀਆਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜੋ ਸਾਰੇ ਹੀ ਕੌਮਾਂ ਜਿਹੜੀਆਂ ਰਲ ਕੇ ਮਨਾ ਰਹੀਆਂ ਹੈ, ਅਤੇ ਇਸ 'ਤੇ ਆਪਾਂ ਨੂੰ ਜਿਹੜਾ ਨਾਲ ਹੀ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਇਸ ਮੌਕੇ 'ਤੇ ਪ੍ਰਣ ਲੈਣਾ ਚਾਹੀਦਾ ਕਿ ਆਪਾਂ ਆਪਣੇ ਗੁਰੂਆਂ ਦੇ ਦੱਸੇ ਮੁਤਾਬਕ ਜਿਸ ਤਰ੍ਹਾਂ ਆਪਾਂ ਨੂੰ ਗੁਰੂਆਂ ਨੇ ਰਹਿਣ ਸਹਿਣ ਦਿੱਤਾ ਸੀਗਾ ਆਪਾਂ ਉਸ ਤਰ੍ਹਾਂ ਰਹੀਏ, ਅਤੇ ਆਪਾਂ ਨਸ਼ਿਆਂ ਦਾ ਜਿਹੜਾ ਤਿਆਗ ਕਰੀਏ, ਕਿਉਂਕਿ ਸਾਡੀਆਂ ਸਰਕਾਰਾਂ ਨੇ ਤਾਂ ਸਾਡੇ ਨਾਲ ਬਹੁਤ ਕੁਝ ਕੀਤਾ ਹੈ। ਅੱਜ ਵੀ ਜਿਹੜਾ ਨਸ਼ਾ ਖੁੱਲ੍ਹਿਆਂ ਵਰਤਾਇਆ ਜਾ ਰਿਹਾ ਹੈ, ਅਤੇ ਪਰ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਨੌਜਵਾਨ ਸਾਡੇ ਰੀੜ੍ਹ ਦੀ ਹੱਡੀ ਹੈ, ਅਤੇ ਇਹ ਜਿਹੜੇ ਨੌਜਵਾਨ ਹੈ ਇਹ 550 ਸਾਲਾਂ 'ਤੇ ਪ੍ਰਣ ਕਰਨ ਵੀ ਹੁਣ ਅਸੀਂ ਇਹ ਲੋਕਾਂ ਨਸ਼ਾ ਨਹੀਂ ਕਰਨਾ। ਮੇਰੀ ਇਹ ਬੇਨਤੀ ਹੈ ਇਹਨਾਂ ਵੀਰਾਂ ਨੂੰ, ਅਤੇ ਨਾਲ ਹੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ 'ਤੇ ਆਪਾਂ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਾਂ ਨੂੰ ਧਰਤੀ ਨੂੰ ਬਚਾਉਣ ਵਾਸਤੇ, ਪੌਣ ਨੂੰ, ਪਾਣੀ ਨੂੰ ਬਚਾਉਣ ਵਾਸਤੇ, ਹਵਾ ਨੂੰ ਬਚਾਉਣ ਵਾਸਤੇ ਜਿਹੜਾ ਆਪਾਂ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਸੀਗਾ, ਉਹਦੇ ਅਨੁਸਾਰ ਆਪਾਂ ਬੂਟੇ ਲਾਈਏ, ਅਤੇ ਨਾਲ ਹੀ ਆਪਾਂ ਪਾਣੀ ਵੀ ਬਚਾਈਏ, ਅਤੇ ਧਰਤੀ ਨੂੰ ਜਿਹੜਾ ਆਪਾਂ ਜ਼ਿਮੀਂਦਾਰ ਲੋਕ ਕੀੜੇ ਮਾਰ ਦਵਾਈਆਂ ਜ਼ਿਆਦੀਆਂ ਖਾਦਾਂ ਪਾਉਂਦੇ ਹਾਂ, ਸਾੜ ਦਿੰਦੇ ਹਾਂ, ਅਤੇ ਉਹ ਵੀ ਜਿਹੜਾ ਘੱਟ ਪਾਈਆਂ ਜਾਣ। ਇਹੋ ਹੀ ਗੱਲਾਂ ਕਰਦਾ ਹੋਇਆ ਮੈਂ ਸਿਵਾਂ ਦਾ ਜਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਪੀਰ ਸਿੰਘ ਗੁਰਦਾਸਪੁਰ ਸੁਖਪੁਰੀਆਂ ਦੇ ਢਾਬੇ ਵੱਲੋਂ ਰੱਖੜ ਪੁੰਨਿਆ ਅਤੇ 15 ਅਗਸਤ ਦੀ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ।
ਸਾਡਾ ਗੁਰਦਾਸਪੁਰੀਆਂ ਦਾ ਢਾਬਾ ਜੀ ਟੀ ਰੋਡ ਜੰਡਿਆਲਾ ਜਲੰਧਰ ਹਰੀਵੇ 'ਤੇ ਇੱਥੇ ਸਾਫ਼ ਸੁਥਰਾ ਬ੍ਰੇਕਫਾਸਟ ਲੰਚ ਡਿਨਰ ਬੱਚਿਆਂ ਦੇ ਖੇਡਾਂ ਲਈ ਖਿਡੌਣੇ ਸਰਦੀਆਂ ਲਈ ਸਾਰਾ ਤਿਆਰ ਦੇਸ਼ ਦੇਸ਼ ਵਾਸੀ ਜਦੋਂ ਵੀ ਇੱਥੇ ਅੰਮ੍ਰਿਤਸਰ ਆਉਣ ਸਾਡੇ ਜੀ ਸਰ ਆਪ ਜੀ ਦਾ ਸ਼ੁਭ ਨਾਮ ਕੀ ਜੀ ਮਨਜੀਤ ਸਿੰਘ ਜੀ ਆਪ ਜੀ ਦੇ ਰੈਸਟੋਰੈਂਟ ਦਾ ਕੀ ਨਾਮ ਮੱਲੀ A1 ਰਿਜੋਰਟ ਐਂਡ ਰੈਸਟੋਰੈਂਟ ਆਹ ਕਿਹੜੀ ਥਾਂ ਡਿਸਕ੍ਰਿਪਟ ਹੈ ਜੀ ਇਹ ਜੰਡਿਆਲਾ ਗੁਰੂ ਤੋਂ ਹਾਈਵੇ ਦੇ ਉੱਤੇ ਨੈਚਰਲ ਦੇ ਉੱਤੇ 3 ਕਿਲੋਮੀਟਰ ਹੈ ਜੀ ਅੱਗੇ ਆਪ ਜੀ ਦੇ ਰਿਜੋਰਟ ਵਿੱਚ ਕੀ ਖਾਸ ਗੱਲਾਂ ਕੀ ਹੈ ਆਪਦੇ ਰਿਜੋਰਟ ਦੇ ਵਿੱਚ ਜੀ ਅਸੀਂ ਜਿਸ ਤਰ੍ਹਾਂ ਪਲੇਟ ਸਿਸਟਮ ਨਾਲ ਕਰ ਰਹੇ ਹਾਂ ਜੀ ਅਤੇ A1 ਸਾਡਾ ਖਾਣਾ ਵਾ ਐਕਸਟਰਾ ਪੈਸਾ ਨਹੀਂ ਅਸੀਂ ਕੋਈ ਲੈਂਦੇ ਜਿਸ ਤਰ੍ਹਾਂ ਬਹਿਰਿਆਂ ਦੇ ਹੋ ਗਏ ਡੈਕੋਰੇਸ਼ਨ ਦੇ ਹੋ ਗਏ ਅਤੇ ਜਨਰੇਟਰ ਦਾ ਹੋ ਗਿਆ ਕਿਸੇ ਨੂੰ ਸਾਡਾ ਪੈਸੇ ਸੰਦੇਸ਼ ਇਹ ਆ ਵੀ ਕੋਈ ਕਿਸੇ ਵਿਜ਼ਟਰ ਨੂੰ ਕਿਸੇ ਨੂੰ ਪੈਸਾ ਦੇਣ ਦੀ ਜ਼ਰੂਰਤ ਨਹੀਂ ਜੇ ਕੋਈ ਲੈਂਦਾ ਵਾ ਫੜਿਆ ਜਾਵੇ ਉਹਨੂੰ ਅਸੀਂ ਜੁਰਮਾਨਾ ਪਾਉਂਦੇ ਹਾਂ ਆਪ ਜੀ ਦੇ ਰੈਸਟੋਰੈਂਟ 'ਚ ਕਿੰਨੀ ਗੈਲਰੀ ਆ ਕੁੱਤੀ ਪਾਰਟੀ ਮਤਲਬ ਕਿੰਨੀ ਗੈਲਰੀ ਨਾਲ ਤੁਸੀਂ ਅਟੈਂਡ ਕਰਦੇ ਅਸੀਂ ਜਿਸ ਤਰ੍ਹਾਂ 150-200 ਬੰਦੇ ਦੀ ਕਿੱਟੀ ਪਾਰਟੀ ਕਰ ਸਕਦੇ ਹਾਂ ਅਤੇ 700 ਬੰਦੇ ਦਾ ਅਸੀਂ ਪ੍ਰੋਗਰਾਮ ਕਰ ਸਕਦੇ ਹਾਂ ਰਿਜੋਰਟ ਦੇ ਵਿੱਚ ਕਿੰਨਾ ਕੁ ਖਰਚਾ ਮਤਲਬ ਕਿ ਪਲੇਟ ਸਿਸਟਮ ਨਾਲ ਕਰਦੇ ਜੇ ਤੁਹਾਡੀ ਕੁਆਲਿਟੀ ਕੀ ਆ ਮਾਰਕੀਟ ਨਾਲੋਂ ਕਿੰਨੇ ਕੁ ਤੁਸੀਂ ਬੈਸਟ ਕੰਮ ਕਰਦੇ ਅਸੀਂ ਜੀ ਰਿਜੋਰਟ ਫ੍ਰੀ ਦੇ ਰਹੇ ਹਾਂ ਡੈਕੋਰੇਸ਼ਨ ਅਸੀਂ ਫ੍ਰੀ ਦੇ ਰਹੇ ਹਾਂ ਆਪਣਾ ਬਹਿਰਿਆਂ ਦੇ ਅਸੀਂ ਕੋਈ ਨਹੀਂ ਲੈਂਦੇ ਜਨਰੇਟਰ ਦਾ ਅਸੀਂ ਕੋਈ ਨਹੀਂ ਲੈਂਦੇ ਜੋ ਮਾਰਕੀਟ ਨਾਲੋਂ ਸਾਡਾ ਬਹੁਤ ਜ਼ਿਆਦਾ ਘੱਟ ਰੇਟ ਹੈ ਅਤੇ ਖਾਣਾ ਬਹੁਤ ਵਧੀਆ ਜੀ ਆਮ ਰੈਸਟੋਰੈਂਟ ਦੇਖੇ ਜਾਵੇ ਪਾਰਕਿੰਗ ਵਿੱਚ ਬੜੀ ਸਮੱਸਿਆ ਹੁੰਦੀ ਆ ਇਹ ਤੁਹਾਡੀ ਆਹ ਪਾਰਕਿੰਗ ਦੀ ਸਮੱਸਿਆ ਨੂੰ ਦੂਰ ਕਰਦਾ ਰੈਸਟੋਰੈਂਟ ਹਾਂਜੀ ਜ਼ਰੂਰ ਜੀ ਜ਼ਰੂਰ ਬਿਲਕੁਲ ਸਾਡੀ ਜਿਹੜੀ ਪਾਰਕਿੰਗ ਆ ਖੁੱਲ੍ਹੀ ਪਾਰਕਿੰਗ ਆ ਗੱਡੀ 250 ਗੱਡੀ ਸਾਡੇ ਅਰਮਾਨ ਨਾਲ ਲੱਗ ਜਾਂਦੀ ਹੈ ਜੀ ਜਿਹੜੀ ਪ੍ਰੋਗਰਾਮ ਵਿੱਚ ਫੰਕਸ਼ਨ ਵਿੱਚ ਨਿੱਕੇ ਨਿੱਕੇ ਬੱਚੇ ਆਉਂਦੇ ਆ ਉਹਨਾਂ ਨੂੰ ਖੇਡਣ ਵਾਸਤੇ ਕੋਈ ਵਿਸ਼ੇਸ਼ ਮਨ ਪਰਚਾਵੇ ਵਾਸਤੇ ਕੋਈ ਹੈ ਹਾਂਜੀ ਝੂਲੇ ਲੱਗੇ ਆ ਜੀ ਬਾਹਰ ਬੱਚਿਆਂ ਵਾਸਤੇ ਸਕਿਉਰਿਟੀ ਗਾਰਡ ਦਾ ਪੂਰੀ ਜ਼ਿੰਮੇਵਾਰੀ ਆ ਗੱਡੀਆਂ ਦੀ ਪੂਰੀ ਆ ਕੈਮਰੇ ਲੱਗੇ ਆ ਜੀ ਜਗ੍ਹਾ ਜਗ੍ਹਾ ਸਾਡੇ ਪਿੱਛੇ ਰਿਜੋਰਟ 'ਚ ਵੀ ਕੈਮਰੇ ਆ ਕਿਸੇ ਦੀ ਕੋਈ ਚੋਰੀ ਨਹੀਂ ਹੋ ਸਕਦੀ ਕੋਈ ਬਾਹਰੋਂ ਬੰਦਾ ਨਹੀਂ ਆ ਸਕਦਾ ਕੋਈ ਇੱਥੇ ਕੋਈ ਦੁਕਾਨ ਨਹੀਂ ਲਾ ਸਕਦਾ ਕੋਈ ਫੁਹਾਰਿਆਂ ਦੀ ਕੋਈ ਵੀ ਬੱਚੇ ਵਾਸਤੇ ਕੋਈ ਰੋਡ 'ਤੇ ਨਹੀਂ ਬੱਚਾ ਜਾ ਸਕਦਾ ਕੋਈ ਦੁਕਾਨ ਲਾਉਣ ਦੀ ਇੱਥੇ ਸੁਝਵਾ ਨਹੀਂ ਹੁਣ ਸਰ ਇੱਕ ਬੇਨਤੀ ਆ ਕੁਝ ਦਿਨਾਂ ਤੱਕ ਆਪਣਾ 15 ਅਗਸਤ ਦਾ ਤਿਉਹਾਰ ਆ ਰਿਹਾ ਨਾਲ ਹੀ ਰੱਖ ਪੁੰਨੇ ਆ ਰਹੀ ਹੈ ਆਪ ਜੀ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਆਪਣੇ ਢਾਬੇ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਅਸੀਂ ਜੀ ਦੋਨੋਂ ਹੱਥ ਜੋੜ ਕੇ ਸਾਧ ਸੰਗਤ ਨੂੰ ਵਿਦੇਸ਼ਾਂ 'ਚ ਬੈਠੀ ਸਾਧ ਸੰਗਤ ਗੁਰੂ ਮਹਾਰਾਜ ਉਹਨਾਂ 'ਤੇ ਕਿਰਪਾ ਕਰੇ 15 ਅਗਸਤ ਰੱਖੜ ਪੁੰਨਿਆ ਦੀ ਲੱਖ ਲੱਖ ਵਧਾਈ ਹੋਵੇ ਚੜ੍ਹਦੀ ਕਲਾ ਰਵੇ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ